ਨਾ ਵਲੌਗ ਦੇ ਪਿੰਡ ਮਹਿਸ ਚ ਇੱਕ 7 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇੱਟਾਂ ਦੇ ਪੱਥੇ ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਦੇ ਬੱਚੇ ਮਨੀਸ਼ ਨੂੰ ਆਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਪਰ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵੱਲੋਂ ਉਸਨੂੰ PGI ਰੈਫਰ ਕਰ ਦਿੱਤਾ ਗਿਆ। ਬੀਤੀ ਰਾਤ ਜ਼ਖਮਾਂ ਦੀ ਤਾਪ ਨਾਲ ਚੱਲਦੇ ਹੋਏ ਮਨੀਸ਼ ਦੀ ਮੌਤ ਹੋ ਗਈ। ਮੌਕੇ ਦਾ ਅਤੇ ਮੈਨੂੰ ਜਦੋਂ ਸਵੇਰੇ ਮੈਸੇਜ ਰਾਤ ਕੱਲ੍ਹ ਮੈਸੇਜ ਲੱਗਿਆ ਵੀ ਐਂ ਕਰਕੇ ਬੱਚਿਆਂ ਨੇ ਨੋਚ ਨੋਚ ਕੇ ਖਾ ਲਿਆ ਕੁੱਤਿਆਂ ਨੇ ਬੱਚਾ, ਅਤੇ ਮੈਂ ਆਣ ਕੇ ਦੇਖਿਆ ਤਾਂ ਇਹਨੇ ਨੂੰ ਇਹ ਲੈ ਕੇ ਜਾ ਚੁੱਕੇ ਸੀ ਬੱਚੇ ਨੂੰ ਇੱਥੋਂ, ਬੱਚਾ ਕਿਤੇ ਲੈਟਰਿੰਗ ਗਿਆ ਬਾਹਰ, ਉੱਧਰ ਹੀ ਕੁੱਤਿਆਂ ਨੇ ਬੱਚੇ ਨੂੰ ਨੋਚ ਨੋਚ ਕੇ ਖਾ ਲਿਆ, ਤਾਂ ਉਹ ਲਿਜਾ ਚੁੱਕੇ ਸੀ। ਉਸ ਤੋਂ ਬਾਅਦ ਮੈਨੂੰ ਸਵੇਰੇ ਪਤਾ ਲੱਗਿਆ, ਕਹਿੰਦੇ ਵੀ ਬੱਚੇ ਦੀ ਡੈਥ ਹੋ ਗਈ। ਸਵੇਰੇ ਜਦੋਂ ਅਸੀਂ ਇੱਥੇ ਆਏ ਤਾਂ ਇਹਨਾਂ ਨੂੰ ਪੁੱਛਿਆ ਬੱਚਾ, ਕਹਿੰਦੇ ਵੀ ਉੱਥੇ ਅਸੀਂ ਬਾਬੂ ਨੇ ਕਿਹਾ ਵੀ ਦਬਾ ਦਿਓ, ਅਤੇ ਅਸੀਂ ਦੱਬ ਦਿੱਤਾ, ਐਂ ਕਰਕੇ ਬੱਚੇ ਦੇ ਕੁੱਤੇ ਵੱਢਣ ਕਰਕੇ ਬੱਚੇ ਦੀ ਮੌਤ ਹੋ ਗਈ। ਇਹ ਨਹੀਂ ਹੁਣ ਚੱਕਰ ਵੀ ਲੈਟਰਿੰਗ ਕਿਉਂ ਗਿਆ ਸੀ ਬਾਹਰ, ਵੀ ਇੱਥੇ ਹੈਗੀ ਜਾਂ ਨਹੀਂ, ਇਹ ਹੁਣ ਬਾਬੂ ਨੂੰ ਪਤਾ। ਮੈਂ ਇਲਾਜ ਕਰਾਇਆ ਜੀ, ਇਹ ਰਾਤ ਦੇ 2 ਕੁ ਵਜੇ ਹੋਈ ਹੈ PGI ਚੰਡੀਗੜ੍ਹ। ਪੁਲਿਸ ਕੰਪਲੇਂਟ ਤਾਂ ਕਰਾਈ ਨਹੀਂ ਜੀ, ਮੈਂ ਕਹਿਣ ਤੋਂ ਉਲਝਿਆ ਵੈਸੇ ਸੀ, ਕੋਈ ਗੱਲ ਨਹੀਂ, ਸਾਨੂੰ ਕੋਈ ਡਰ ਨਹੀਂ ਸੀ ਜੀ, ਠੀਕ ਹੈ ਨਾ ਜੀ, ਸਾਨੂੰ ਕੋਈ ਤਾਂ ਕਲੇਮ ਵਾਲੀ ਗੱਲ ਨਹੀਂ ਸੀਗਾ, ਤਾਂ ਕਰਕੇ ਆਪਾਂ ਨੇ ਨਹੀਂ ਕਰਾਇਆ। ਪੂਰੀ ਮਦਦ ਕੀ ਹੈ? ਹਾਂ ਕਰੇਂਗੇ, ਅਭੀ ਬਾਬੂ ਜੀ ਆਏਂਗੇ, ਜੈਸਾ ਵੀ ਹੋਗਾ, ਹਮ ਜੋ ਹਮਾਰਾ ਲੇਬਰ ਹੈ ਆਪਣਾ ਪਰਿਵਾਰ ਕੇ ਮੈਂਬਰ ਕੇ ਹਿਸਾਬ ਸੇ ਰੱਖਤੇ ਹੈ, ਜੋ ਵੀ ਹੋਗਾ ਉਸਕੋ ਜੋ ਮੈਂਬਰ ਹੈ ਉਸਸੇ ਬੈਠਾ ਕੇ ਹਮ ਬਾਤਚੀਤ ਕਰੇਂਗੇ, ਜੋ ਵੀ ਹੋਗਾ ਸਹਿਯੋਗ ਪੂਰਾ ਧਿਆਨ ਸੇ ਕਰੇਂਗੇ। ਨਾਭਾ ਤੋਂ ਬ੍ਰਿਜ ਖਾਨ ਦੀ ਰਿਪੋਰਟ, ਚੈਨਲ 2।